अच्छा भाई जी, फिर चलो वो कबूतरां दे तुसी बाजियां छड़ ले। हांजी हांजी। उदों किहड़े खिडारी थोड़े मुकाबले दे तुसी बाजियां भी गलजार गलजार बने उदों भी आ थो तो पहला टॉप दे सीगे? टॉप दे तां हैगे भी आ, हैगे भी सी। लच्छू नाल कदे बाजी छड़ी आ जसोवाल? नहीं नहीं। ਇਹਦੇ ਇਹਦੇ ਗਵਾਂਢੀ ਪਿੰਡ ਦਾ? ਨਹੀਂ। ਇਹਦੇ ਪਿੰਡ ਦੇ ਜਥੇਦਾਰ ਨਾ? ਨਹੀਂ। ਉਹ ਵਿੱਕੀ ਵੀਰੇ ਆਪਣੇ ਏਰੀਏ 'ਚ ਹੀ ਸੀ? ਉਹ ਤੁਹਾਡੇ ਏਰੀਏ 'ਚ ਹੀ ਸੀ, ਯਾਨੀ ਵੱਡੀਆਂ ਬਾਰੀਆਂ 'ਤੇ ਮੈਂ ਬੰਦੇ ਨਹੀਂ ਦੇਖੇ ਉਹ। ਅੱਛਾ, ਜਿਹੜੀਆਂ ਮੇਨ ਬਾਰੀਆਂ ਹੁੰਦੀਆਂ ਨਾ। ਅੱਛਾ, ਮੈਥੋਂ ਯਾਨੀ ਕਿ ਜਿਹੜੇ ਤੁਹਾਡੇ ਵੇਲੇ ਸੀਗੇ ਉਦੋਂ ਮੈਥੋਂ ਬਿਨਾਂ ਵਿੱਕੀ ਦੀ ਚੜ੍ਹਾਈ ਸੀ ਗਾਮੀ ਵਾਲੇ ਦੀ। ਮਿੱਕੀ ਗਾਮੀ ਵਾਲਾ ਉਹ ਤਾਂ ਚਲੋ ਹੁਣ ਵੀ ਆ ਵਾ, ਤੇ ਉਹਦੀ ਪੂਰੀ ਚੜ੍ਹਾਈ ਸੀ ਉਦੋਂ ਵੀ ਐਂ ਸੀਗੇ ਯਾਰ ਵਿੱਕੀ ਆ ਤੂੰ ਗਾਮੀ ਵਾਲਾ, ਐਂ ਕਹਿੰਦਾ ਰੱਕੀ। ਨਹੀਂ ਬ੍ਰਾਂਡ ਤਾਂ ਤੁਸੀਂ ਵੀ ਅੱਜ? ਨਹੀਂ ਯਾਰ, ਮਿੱਕੀ ਬਾਈ ਬ੍ਰਾਂਡ, ਤੁਸੀਂ ਬ੍ਰਾਂਡ। ਹਾਂਜੀ, ਵਧੀਆ ਇਨਸਾਨ ਵੀ ਹੋ ਤਾਂ ਕਬੂਤਰਬਾਜ਼ ਵੀ, ਇਹ ਦੋਨੇ ਗੱਲਾਂ। ਅਗਲਾ ਕਹਿੰਦਾ ਵੀ ਗਲਜਾਰ ਉਹਨਾਂ ਦਾ ਬਈ, ਉਹ ਉਦੋਂ ਪੂਰੇ ਚੰਗੇ ਕਬੂਤਰ ਉੱਡਦੇ ਸੀ। ਇੱਕ ਤਾਂ ਮਿੱਕੀ ਬਾਈ ਸੀਗਾ। ਹਾਂਜੀ ਹਾਂਜੀ। ਅੱਛਾ ਹੋਰ ਜੀ, ਤੇ ਇਹਦੇ ਬਾਂਸੇ ਦੇ ਵਧੀਆ ਉੱਡ ਜਾਂਦੇ ਮਹਾਰਾਜ ਵਾਲੇ ਦੇ? ਮਹਾਰਾਜ ਵਾਲਾ ਬਾਂਸਾ? ਹਾਂ ਹਾਂ। ਅੱਛਾ ਜੀ। ਤੇ ਚੱਲ ਧੰਨੇ ਕੇ ਤਾਂ ਆਪ ਤੋਂ ਬਾਹਲੇ ਸੀਨੀਅਰ ਆ, ਜ਼ਿਆਦਾ ਸੀਨੀਅਰ ਸੀਗੇ ਧੰਨੇ ਕੇ ਤਾਂ। ਤੇ ਹੋਰ ਹੁੰਦਾ ਸੀ ਉਦੋਂ ਵਿੱਚ ਕਬੂਤਰ ਅਮਰੀ ਬੇਗੇ ਵਾਲਾ। ਅਮਰੀ? ਹਾਂ ਅਮਰੀ। ਅੱਛਾ ਜੀ। ਉੱਧਰ ਪੀਰਕੋਟ ਵਾਲੇ? ਪੀਰਕੋਟ ਵਾਲੇ, ਹਾਂ। ਪ੍ਰਿਤਪਾਲ, ਦੂਜਾ ਕਿੰਮੀ, ਤੇ ਇਹ, ਤੇ ਗੁਰਦੇਵ ਘਣੀਆਂ। ਗੁਰਦੇਵ ਘਣੀਆਂ, ਹਾਂ। ਕਾਕਾ ਨਵਾਂ ਕਿਲਾ? ਨਵਾਂ ਕਿਲਾ। ਤੇ ਹੋਰ ਕੀ ਉਹਨੂੰ ਨਾਂ ਭੁੱਲ ਗਿਆ, ਬਾਦਲ ਬੂਦਲ ਬਾਈ, ਇਹ ਬਾਅਦ ਚ ਸੁੱਖਣ ਵਾਲਾ ਪੱਕੋ? ਪੱਕੋ, ਹਾਂ। ਅੱਛਾ। ਤੇ ਜਸਵੀਰ ਬਾਦਲ? ਬਾਦਲ, ਹਾਂ। ਇਹ ਜਾਣੀ ਕਿ ਪੂਰੇ ਜਾਣੀ ਇਹ ਆਏ ਸੀਗੇ ਸਿੰਘ ਫਾਦੇ ਇਹਨਾਂ ਦੇ ਪੂਰੇ। ਅੱਛਾ ਬਾਈ ਜੀ, ਇੱਕ ਗੱਲ ਹੋਰ ਆ, ਇਹ ਸਾਰੀ ਮੰਨ ਲਓ ਆਪਾਂ ਲੁਧਿਆਣੇ ਤੋਂ ਇੱਧਰਲੀ ਗੱਲ ਹੋ ਗਈ। ਹਾਂਜੀ। ਉੱਧਰ ਬੰਦੇ ਘੱਟ ਸੀਗੇ ਬਾਈ? ਕਿੱਧਰ? ਮੰਨ ਲਓ ਰੋਪੜ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਟਿਆਲਾ, ਇਹ ਇੱਧਰੋਂ ਬਾਈ ਕਬੂਤਰਬਾਜ਼ੀ ਘੱਟ ਸੀਗੀ, ਇਹਦਾ ਹੁਣ ਹੋਈ ਆ ਉੱਧਰ। ਅੱਛਾ। ਉੱਧਰ ਪਹਿਲਾਂ ਤਾਂ ਕੋਈ ਟਾਵਾਂ ਬੰਦਾ ਹੋਊ ਜਿਹਨੂੰ ਅਸੀਂ ਜਾਣਦੇ ਨਹੀਂ ਹੈਗੇ, ਤੇ ਜਿਹੜੇ ਨਵੇਂ ਬੰਦੇ ਆ ਹੁਣ 10 ਸਾਲਾਂ ਦੇ ਰੱਖੇ ਆ ਕਬੂਤਰ, ਜਾਨੀ ਖਿਡਾਰੀ ਨਹੀਂ ਕੋਈ ਪਹਿਲਾਂ ਉੱਧਰਲਾ ਹੋਇਆ, ਇਹ ਸਾਰੇ ਹੀ ਇੱਧਰ ਨੂੰ ਆ। ਠਾਠ, ਇਹਨੂੰ ਠਾਠ ਕਹਿੰਦੇ ਆ? ਠਾਠ ਬਾਈ। ਇੱਧਰ ਕਿੱਧਰ ਠਾਠ? ਇਹਨਾਂ ਨੇ ਜਿਵੇਂ ਕੱਲ ਨਵਾਂ ਕਿਲਾ ਕਾਕਾ, ਇਹ ਠਾਠ ਬਾਈ, ਇਹਨੂੰ ਕਾਹਤੋਂ ਕਹਿੰਦੇ ਆ ਠਾਠ? ਗਰਮੀ ਗੁਰਮੀ ਪੈਂਦੀ ਠਾੜੀਏ ਕਹਿੰਦੇ, ਬਾਈ ਆਪਾਂ ਵੀ ਸੁਣੀਆਂ ਵੀ ਜੇ ਠਾੜ ਵੀ ਪੱਕਾ, ਆਪਾਂ ਨੂੰ ਵੀ ਨਹੀਂ ਪਤਾ। ਅੱਛਾ, ਵੀ ਕਾਹਤੋਂ ਠਾੜ ਕਹਿੰਦੇ ਆ? ਅੱਛਾ, ਕਈ ਜਣਾ ਪੋਹਦਾ ਰਹਿ ਗਿਆ ਉਹਨਾਂ ਦਾ, ਹੁਣ ਕਿਤੇ ਪੁੱਛੋ, ਪੁੱਛਾਂਗੇ ਮੈਨੂੰ ਵੀ ਠਾੜ ਕਾਹਤੋਂ ਕਹਿੰਦੇ ਆ? ਕਈਆਂ ਨੇ ਮੈਨੂੰ ਕਹਿੰਦੇ ਵੀ ਬਾਈ ਤੋਂ ਠਾਠ ਨਹੀਂ। ਹਾਂ, ਜਿਹੜਾ ਕੋਈ ਬੰਦਾ ਉਹਨਾਂ ਅਗਲਾ ਕਹਿੰਦਾ ਠਾੜ ਗਏ ਆ, ਪੂਰੇ ਜੀ ਪੂਰੇ ਹੀਰੋ ਜਮਾ। ਫਿਰ ਤੁਸੀਂ ਇਹਨਾਂ ਚ ਕਦਮ ਧਰਿਆ? ਹਾਂਜੀ। ਮਗਰੋਂ ਮੈਂ ਕਿਹੜੇ ਸਾਲ ਚ ਕਦਮ ਧਰ ਲਿਆ ਸੀ ਵੀ ਇਹ ਬੰਦਿਆਂ ਨਾਲ ਤੁਹਾਡੀ ਪਹਿਲੀ ਵਾਰੀ ਕਿੱਥੇ ਟੱਕਰ ਫਸ ਗਈ ਸੀ? ਮੈਂ ਜੀ, ਮੇਰੇ ਕਬੂਤਰ ਉੱਡਣ ਲੱਗੇ ਆ 98 98 98 'ਚ ਮੇਰੇ ਕਬੂਤਰ ਉੱਡਣ ਲੱਗ ਗਏ ਸੀਗੇ। ਦੇਖੋ, ਮਸ਼ਹੂਰੀ ਤਾਂ ਤੁਹਾਡੀ ਪਹਿਲਾਂ ਹੀ ਸੀ ਉਦੋਂ ਕਬੱਡੀ ਵਾਲਾ। ਉਦੋਂ ਬਾਈ ਜੀ ਕਬੱਡੀ ਵਾਲਾ ਵੀ ਕੋਈ ਖਿਡਾਰੀ ਹੋਰ ਇੱਧਰ ਸੀਗਾ ਲਾਈਨ 'ਚ, ਜਿਵੇਂ ਤੁਹਾਡਾ ਬਹੁਤ ਵੱਡਾ ਨਾਂ ਸੀ ਵੀ ਬਾਹਰੋਂ ਜਾ ਕੇ ਕਬੱਡੀ ਖੇਡ ਕੇ ਬਾਈ ਗਲਜਾਰ, ਵੈਸੇ ਹੀ ਤੁਹਾਡਾ ਨਾਂ ਆ, ਅਤੇ ਅਗਲਾ ਦੂਰੋਂ ਵੀ ਬਾਈ ਅਗਲਾ ਕਹਿੰਦਾ ਯਾਰ ਗਲਜਾਰ ਆਇਆ ਕਬੱਡੀ ਵਾਲਾ। ਉਦੋਂ ਦੇਖੋ ਕੁਦਰਤੀ ਕੁਛ ਬੰਦਿਆਂ ਦਾ ਝੁਕਾਅ ਹੁੰਦਾ ਹੀ ਆ, ਤਕਰੀਬਨ ਕੁਛ ਕੀ ਸਾਰੇ ਹੀ ਹੁੰਦਾ। ਕਬੱਡੀ ਨੂੰ ਲੋਕ ਪਿਆਰ ਕਰਨ ਲੱਗ ਗਏ ਸੀ, ਉਹਦਾ ਬੈਨੀਫਿਟ ਵੀ ਮਿਲਿਆ ਕੁਛ ਕਬੱਡੀ ਦਾ? ਹਾਂਜੀ। ਨਹੀਂ, ਕਬੱਡੀ ਦਾ ਤਾਂ ਕਬੂਤਰਾਂ ਦਾ ਕੋਈ ਮੇਲ ਨਹੀਂ ਹੈਗਾ। ਨਹੀਂ, ਕਈ ਗਿਰਾ ਉਂ ਲੱਗਦਾ ਕਹਿੰਦਾ ਯਾਰ ਖਿਡਾਰੀ ਆ ਕਬੱਡੀ ਵਾਲਾ, ਕਬੂਤਰਾਂ ਨੇ ਉੱਡਣਾ ਜੀ, ਉਹ ਜਾਂ ਕੋਈ ਨਹੀਂ ਹੁੰਦਾ, ਉਹ ਕਬੱਡੀ ਦੇ ਵਿੱਚ ਹੀ ਆ। ਜੇ ਕੋਈ ਦਾਵਾ ਚੜਾ ਮਿਲਦਾ ਨਾ, ਨਹੀਂ ਕਿਤੇ ਮੈਚ ਫਸ ਗਿਆ ਹੋਵੇ ਸਾਂਝੀ ਸੂਝ, ਅਗਲਾ ਕਹਿੰਦਾ ਯਾਰ ਗਲਜਾਰ ਆ, ਚੱਲ ਬੰਦੇ ਨੇ ਆਪਾਂ ਨੂੰ ਕਹਿਤਾ ਬਈ। ਆਪਣੀ ਆਦਤ ਆ, ਅੱਜ ਤੱਕ ਆਪਾਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਸਾਂਝੀ ਨੂੰ। ਅੱਛਾ, ਕਿਸੇ ਬੰਦੇ ਨੂੰ ਕੋਈ ਬੰਦਾ ਨਹੀਂ ਕਹਿੰਦਾ, ਪਰ ਜਿੱਦੇ ਸਾਡਾ ਮਾੜਾ ਤਾਂ ਕੋਈ ਨਹੀਂ ਬਣਦਾ ਸਾਡੇ ਨਾਲ। ਚਲੋ, ਉਹ ਤਾਂ ਜੀ ਦੁਨੀਆ ਨਾਲ ਚੱਲਦੀ ਆਉਂਦੀ ਆ। ਅੱਛਾ, ਪਹਿਲੀ ਬਾਜੀ ਫਿਰ ਤੁਸੀਂ 98 'ਚ ਕਿੱਥੇ ਛੱਡ ਲਈ ਜੀ, ਜਦੋਂ ਵੀ ਤੁਹਾਡਾ ਨਾਂ ਵੀ ਹਾਂ ਅੱਜ ਆ ਆਏ ਹੋਏ ਆ ਸਾਰੇ? ਬਾਜੀਆਂ ਤਾਂ ਯਾਰ ਬਾਈ ਹੁਣ ਇੰਨੀਆਂ ਜਿੱਤੇ ਆਣ ਗਏ ਤਾਂ ਪਤਾ ਹੀ ਨਹੀਂ ਵੀ ਕਿਹੜੇ ਕਿਹੜੇ ਪਿੰਡਾਂ ਨੇ ਜਿੱਤ ਗਏ। ਨਹੀਂ, ਚਲੋ ਕੋਈ ਪਿੰਡ ਰਹਿ ਗਿਆ ਹੋਵੇ ਤਾਂ ਕਹਿਣਾ ਹੋਵੇ, ਉਹ ਤਾਂ ਗੱਲ ਤੁਹਾਡੀ ਪੱਕੀ ਆ, ਪਰ ਉਦੋਂ ਉਹ ਜਿਹੜੀ ਜਿਹਨੇ ਗਲਜਾਰ ਨੂੰ ਗਲਜਾਰ ਬਣਾਇਆ, ਉਹ ਇੱਥੇ ਆ ਬਰਸਾਲਾ ਪਿੰਡ, ਇੱਥੇ ਹੀ ਜਿੱਤੇ ਸੀਗੇ। ਅੱਛਾ, ਤੇ ਇੱਥੇ ਕਿਹੜੇ ਖਿਡਾਰੀਆਂ ਦਾ ਟੱਕਰ ਸੀ? ਇੱਥੇ ਰੌਲੀ ਵਾਲਿਆਂ ਨਾਲ ਜਿੱਤਰ ਹੋਈ ਸੀਗੀ। ਰੌਲੀ? ਰੌਲੀ ਦਾ ਸਰਪੰਚ ਹੁੰਦਾ ਜੀ ਜੀਤ। ਅੱਛਾ, ਉਹਦੇ ਨਾਲ ਜਿੱਤਰ ਹੋਈ ਸਾਡੀ ਇੱਥੇ ਗਾਲਵ। ਅੱਛਾ, ਰਣ ਸਿੰਘ ਵਾਲੀ। ਅਤੇ ਬੱਚ ਜਾਣੀ ਕਿ ਇੱਥੇ ਬਾਜੀਆਂ ਜਿੱਤ ਗਏ। ਇੱਥੇ ਪੁਰਾਣੇ ਬੰਦੇ ਜਿਹੜੇ ਸੀਗੇ, ਦਲੀਪ ਹੁੰਦਾ ਸੀ ਗੋਰ ਸਿੰਘ ਵਾਲਾ। ਅੱਛਾ ਜੀ। ਅਤੇ ਸਰਫੂ ਸੀਗਾ ਮਲਕ ਵਾਲਾ। ਅੱਛਾ ਜੀ। ਨਹੀਂ, ਇਹ ਪੁਰਾਣੇ ਬੰਦੇ ਤਰਲੋਕ,
ਇਹ ਪੁਰਾਣੇ ਬੰਦੇ ਸੀ, ਇਹ ਤਾਂ ਜਵਾਕ ਹੁੰਦੇ ਸੀ ਉਦੋਂ, ਯਾਨੀ ਇਹ ਨਵੇਂ ਨਵੇਂ ਉੱਠ ਕੇ ਵੀ ਇਹਨਾਂ ਨਾਲ ਪੰਗਾ ਹੀ ਲੈਣ ਲੱਗ ਗਏ ਸੀ ਇਹਨਾਂ ਨਾਲ ਪੰਗਾ ਲੈਣ। ਹਾਂ ਵੀ ਨਵੇਂ ਹੁੰਦੇ ਉਦੋਂ ਬਾਈ ਜੀ। ਜਿਵੇਂ ਹੁਣ ਪਾਣੀ ਦਾ ਬਹੁਤ ਲੋਕ ਗਮਰਾਹ ਹੋ ਰਹੇ ਆ, ਹਾਂਜੀ ਚਲੋ ਤੁਸੀਂ ਪਰਮਾਤਮਾ ਦੀ ਕਿਰਪਾ ਵਾ, ਹੈ ਨਾ ਗਿਣਤੀ ਦੇ ਅਗਲਾ ਕਹਿੰਦਾ ਵੀ ਗਲਿਆਰ ਦਾ ਚੇਲਾ ਵਾ, ਤੇ ਚੇਲੇ ਵਾਲੀ ਗੱਲ ਵੀ ਆ, ਪਿਆਰ ਵੀ ਆ, ਤੁਸੀਂ ਭਰਾ ਹੀ ਮਨਾਏ ਹੋਏ ਆ। ਹਾਂਜੀ ਹਾਂਜੀ। ਹੁਣ ਕਈ ਬੰਦੇ ਇਹ ਮੰਨ ਲਾ ਇੰਟਰਵਿਊ, ਅਗਲਾ ਕਹਿੰਦਾ ਵੀ ਇੰਟਰਵਿਊ ਕਰੀਏ ਤੇ ਚੇਲੇ ਬਣਾਈਏ, ਬਈ ਅਸੀਂ ਆ ਦਿਖਾ ਦਈਏ, ਉਹ ਹੁਣ ਗਮਰਾਹ ਹੋਈ ਜਾਂਦੇ ਆ। ਹਾਂਜੀ। ਅਗਲਾ ਕਹਿੰਦਾ ਵੀ ਕੋਈ 5 ਲੱਖ ਦੇ ਕੇ, ਕੋਈ 7 ਲੱਖ ਦੇ ਕੇ, ਕੋਈ 10, ਜੋ ਵੀ ਜਿਵੇਂ ਅਗਲਾ ਹਿਸਾਬ ਕਿਤਾਬ ਆ। ਤੁਹਾਡੇ ਵਾਲੀ ਗੱਲ ਆ ਵੀ ਜੇ ਉਹਦਾ ਦਿਮਾਗ ਉਹ ਸਿੱਖੂ ਤਾਂ ਚੇਲਾ ਤਾਂ ਕੋਈ ਵੀ ਬਣੀ ਜਾਵੇ, ਨਾ ਉਹ ਕਬੂਤਰ, ਕਬੂਤਰ ਦੇ ਵੀ ਦਊ ਪਰ ਉਹਦੇ ਕੋਲ ਦਿਮਾਗ ਨਹੀਂ ਹੈਗਾ। ਸਹੀ। ਫਿਰ ਤੁਸੀਂ ਉਹ 2 ਕਬੂਤਰਾਂ ਦੀ ਬਰੀਡ ਹੀ ਉੱਥੇ ਛੱਡਦੇ ਰਹੇ? ਹਾਂਜੀ ਹਾਂਜੀ। ਹੋਰ ਫਿਰ ਉਹਨਾਂ ਦੀ 2 ਕਬੂਤਰ, 3 ਜਾਣੀ 3 ਕਬੂਤਰ ਸੀਗੇ, ਉਹ 2 ਨਰ ਸੀਗੇ ਤੇ 1 ਕਬੂਤਰੀ, ਜਾਣੀ ਉਹਨਾਂ ਦਾ ਸਾਰਾ ਹੀ ਪਰਿਵਾਰ ਆ, ਸਾਰਾ ਕੁਛ ਉਹਦਾ ਹੀ ਚੱਲਿਆ। ਹਾਂ, ਜਿੰਨੇ ਮੇਰੇ 'ਚ ਰਵੀ ਹੋਣਾ ਕੋਲੇ ਆ, ਜਗਰੋਡੇ ਕੋਲੇ ਆ, ਗੁਰਦੀਪ ਕੋਲ, ਰੱਬੋਂ ਕੋਲੇ, ਦੇਵ ਕੋਲੇ, ਤੇ ਇੱਧਰ ਰਾਜੂ ਕੋਲੇ, ਡਾਲੇ ਵਾਲੇ ਕੋਲੇ, ਤੇ ਕਈ ਹੋਰ ਵੀ ਬੰਦੇ ਤੈਨੂੰ ਬਹੁਤ, ਇਹਨਾਂ ਕੋਲ ਸਾਰੇ ਸਾਡੇ ਕੋਲ ਇਹੀ ਕਬੂਤਰ ਨੇ, ਇਹੀ ਕਬੂਤਰ ਆ। ਹਾਂਜੀ। ਅੱਛਾ, ਉੱਥੇ ਚਲੋ ਆਪਾਂ 98 'ਚ ਗੱਲ, ਤੁਸੀਂ ਉੱਥੇ ਉਹਨਾਂ ਨੂੰ ਜਿੱਤ ਗਏ। ਹਾਂਜੀ। ਉਦੋਂ ਬਾਅਦ ਫਿਰ ਤੁਸੀਂ ਲਗਾਤਾਰ ਹੀ ਚੱਲਦੇ ਰਹੇ? ਫਿਰ ਅਸੀਂ ਬੋਨੇਬਾਜ਼ੀ ਜਿੱਤੇ, ਬਹੁਤ ਵਧੀਆ ਬਾਜੀ, ਵੱਡੀ ਬਾਜੀ ਹੋਈ ਸੀ ਉਸ ਟਾਈਮ, 1100 ਮੁੜ ਦੀ ਬਾਜੀ ਬਹੁਤ ਸੀਗੀ, 91-92 ਦੀ ਗੱਲ ਆ, ਇਹ 93-94 ਦੀ ਹੋਊਗੀ। ਮੋਗੇ ਦੇ ਨਾਲ ਹੀ ਉਰਲੇ ਪਾਸੇ। ਹਾਂਜੀ, ਜਾਣੀ ਐ ਚੜਾਈ ਸੀਗੀ, ਜਿਵੇਂ ਹੁਣ ਕਿਲਾ ਰਾਏਪੁਰ ਦੀ 11,000 ਨਾਲ ਚੜਾਈ ਸੀ ਨਾ, ਵੀ ਗਿਲਾ ਜੀਪ ਦੇਣੀ ਇਹਨਾਂ ਨੇ, ਫਲਾਨੀ ਦੇਣੀ ਆ, ਤੇ ਉਵੇਂ ਉਹਦੀ ਚੜਾਈ ਸੀਗੀ 1100 ਉਹ ਬਾਜੀ ਦੀ। ਹਾਂ, ਜਿਵੇਂ ਹੁਣ ਬਾਜੀ ਵੀ ਵੱਡੀ ਬਾਜੀ ਜਿਵੇਂ ਸੁੱਖਣ ਵਾਲੀ ਸੀ, ਪਿਛਲੇ ਤੋਂ ਪਿਛਲੇ ਸਾਲ ਆਪਾਂ ਜਿੱਤੀ ਆ, 10,000 ਉੱਤੇ ਲੱਗਿਆ ਸੀਗਾ ਨੀ, ਤੇ ਐਂ ਜੇ ਪੈਸੇ ਲੱਗੇ ਸੀ, 5,000 ਮੁੱਢ, 15,000 ਚ ਜਲਦਾ ਸੀ, ਜਾਣੀ ਉਹ ਵੱਡੀ ਬਾਜੀ ਅਗਲਾ ਸੁੱਖਣ ਵਾਲੇ, ਜਾਣੀ ਉਵੇਂ ਉਹ 1,000 ਦਾ ਮੁੱਢ ਉੱਥੇ ਸੁੱਖਣ ਵਾਲਾ ਹੀ ਸਮਝ ਲਓ, ਬੋਨੇ। ਹਾਂ, ਅਸੀਂ ਇਕੱਲੇ ਬਾਜੀ ਜਿੱਤੇ ਸੀਗੇ। ਅੱਛਾ। 45,000 ਰੁਪਏ ਉਹਨਾਂ ਟਾਈਮਾਂ 'ਚ ਅਸੀਂ ਇਕੱਲੇ ਹੀ ਜਿੱਤ ਗਏ ਸੀ ਉੱਤੇ, ਸਾਰੇ ਹਰਾਏ ਖਿਡਾਰੀ ਅਸੀਂ ਉੱਥੇ ਜਿੰਨੇ ਵੀ ਇਹ ਸੀਗੇ ਸਾਰੇ। ਹਾਂਜੀ। ਤੇ 1 ਵਜੇ ਨੂੰ ਜਿੱਤਾ ਰਹੂਗੀ ਉੱਥੇ, ਗਰਮੀ ਬਾਹਲੀ ਸੀਗੀ। ਨਹੀਂ, ਗਰਮੀ ਤਾਂ ਹੁਣ ਵੀ ਪੈਂਦੀ ਆ, ਟੈਂਪਰੇਚਰ ਤਾਂ ਉਦੋਂ ਵੱਧ ਗਿਆ, ਉਹਨਾਂ ਨਹੀਂ ਹੁੰਦਾ, ਉਹਨੇ ਨਹੀਂ ਹੁਣ ਆਪਾਂ 45-46, ਉਦੋਂ ਤਾਂ ਕਹਿੰਦੇ 40 ਕੀ ਰਹਿੰਦਾ ਹੁੰਦਾ ਸੀ। ਨਹੀਂ ਬਾਈ, ਉਦੋਂ ਬਾਹਲਾ ਹੁੰਦਾ, ਲੋ ਵਾਲੀ ਤੱਤੀ ਸੀਗੀ ਉਦਾਂ, ਜਿੱਦਾਂ ਕਿਹੜਾ ਨਾ, ਮੈਂ ਮੋਟਰਸਾਈਕਲ ਕੱਢਿਆ, ਇਹ ਹੋਊ 98 ਦੀ ਗੱਲ ਆ ਇਹ, ਅਤੇ ਇਹ ਬਾਜੀ ਛੱਡੀ ਇਹਨਾਂ ਨੇ, T2 ਵਰਗਿਆਂ ਨੇ ਉੱਥੇ ਛੱਡੀ, ਲਿਜਾ ਕੇ ਛੱਡੀ ਕੰਡਿਆਲ ਬਾਜੀ। ਅੱਛਾ ਜੀ। ਮੈਂ 11 ਵਜੇ ਕਬੂਤਰ ਬੈਠੇ, ਅਤੇ ਮੈਂ ਚਲੋ ਮੋਟਰਸਾਈਕਲ 'ਤੇ ਹੁਣ ਜਾ ਉੱਠਦੇ ਹਾਂ, ਮੈਂ ਮੋਟਰਸਾਈਕਲ ਕੱਢਿਆ, ਅਤੇ ਬਾਈ ਮੈਂ ਨਾ ਮੱਚ ਗਿਆ, ਮੇਰੇ ਪਿੰਡੋਂ ਬਾਹਰ ਨਿਕਲਿਆ, ਮੈਂ ਮੁੜਿਆ ਬਾਜੀ, ਬਾਜੀ 'ਤੇ ਨਿਕਲਿਆ, ਐਂ ਮੱਚ ਗਿਆ, ਬੈਠਦੀ ਨਿਕਲੇ ਤੱਤੀ ਆ ਵਾ, ਇੰਨੀ ਤੱਤੀ ਆ ਵਾ, ਉਹ ਜੇ ਜ਼ਿੰਦਗੀ 'ਚ ਨਹੀਂ ਦੇਖੀ ਅਸੀਂ, ਹਾਵੇ ਆਪ ਤੱਤੀ ਆ ਵਾ ਹੀ ਨਹੀਂ ਵਗੀ ਹੁਣ ਤੱਕ, ਦੇ ਉੱਨੀ ਨਾ ਲੋ ਨਹੀਂ ਵਗੀ ਹੁਣ ਕਦੇ। ਅੱਛਾ। ਆਹ 3-4 ਸਾਲ ਹੋ ਗਏ ਤਾਂ ਜਮੀਨ ਦੇਖੀ। ਅੱਛਾ, ਫਿਰ ਉਹ ਜਿਹੜੀ ਤੁਸੀਂ ਉੱਥੇ ਬੋਨੇ ਬਾਜੀ ਜਿੱਤੇ, ਉਹ ਹਰਾਇਆ ਕਿਹਨੂੰ ਸੀ ਉਦੋਂ ਥੱਲੇ? ਫਿਰ ਉੱਥੇ ਬਾਈ 4-5 ਕਬੂਤਰ ਰਹਿ ਗਏ। ਅੱਛਾ। 5 ਕਬੂਤਰ ਰਹਿ ਗਏ, ਤੇ 5 ਨੇ ਮਾਰਿਆ ਚੱਕਰ। ਅੱਛਾ ਜੀ। 5 ਦਾ ਹੀ ਟਾਈਮ ਲੱਗਾ ਤੇ ਇਹਨੂੰ ਹਟ ਗਏ। ਅੱਛਾ। ਸਾਡੀ ਉੱਤੋਂ ਆ ਗਈ, ਬਾਕੀ 4 ਕੋਈ ਨਹੀਂ ਆਇਆ। 4 ਕੋਈ ਨਹੀਂ ਆਇਆ। ਹਾਂ, ਇੰਨੀ ਜ਼ਿਆਦਾ ਫਸਮੀ ਸੀ। ਹਾਂਜੀ। ਇਹ ਫਿਰ 98 'ਚ ਜਾਣੀ ਉਹ ਵੱਡੀ ਬਾਜੀ, ਸਭ ਤੋਂ ਵੱਡੀ ਬਾਜੀ ਸੀ ਉਹ ਜਿੱਤੇ ਪਹਿਲਾਂ, ਉਹ ਜਿੱਤੀ ਫਿਰ। ਹਾਂਜੀ। ਫਿਰ ਜਾਣੀ ਗਲਜਾਰ ਹੋਣ ਲੱਗੀ। ਉਦੋਂ ਬਾਅਦ ਤਾਂ ਫਿਰ ਬਾਈ ਜੀ ਰੱਬ ਨੇ ਇੰਨੀ ਕਿਰਪਾ ਕੀਤੀ। ਹਾਂਜੀ। ਤਕਰੀਬਨ ਵੱਡੀਆਂ ਬਾਜੀਆਂ ਸਾਰੀਆਂ ਜਿੱਤੀ।